वाहे गुरु साहेब जियो एक ओंकार सत निर्भउ निर्वैर अकाल मूरत अजूनी सैभं गुरप्रसाद जप आद सच जुगाद सच है भी सच नानक हुसी भी सच कृपा करहो दीन के दाते मेरा गुण अवगुण ना विचार हो कोई माटी का क्या तुपै स्वामी मानस की गात एही सगल द्वार को छाड़ के गहे ओ तुहारो द्वार बाहे गहे की लाज अस गोविंद दास तुहार सुनी अरदास स्वामी मेरे सर्ब कला बन आई प्रगट भई सगले जुग अंतर गुर नानक की वडियाई दंडौत बंदन अनक बार सर्ब कला समरथ दोलन ते रखो प्रभु नानक दे कर हाथ तार अनुग्रह स्वामी मेरे द्वितीया भाव निवार
बंधन काट ले हो अपने कर, कबहू ना आवह हार। तेरी शरण पया हो जीवा, तू समरथ पुरख मेहरवान। आठ पहर प्रभु को आराधी, नानक साध कुर्बान। सज्जन सच्चा पातशाह, सिर साहद साहु, जिस पास बैठिया सोहिया, सबना दावेशाहु। सज्जन सच्चा पातशाहु, सिर साहद साहु, जिस पास बैठिया सोहिया, सबना दा वेसाहु। सतनाम श्री वाहे गुरु साहिब जी। तनासरी महला पंजवा, दीन दर्द निवार ठाकुर, रखे जन की आप, तरण तारण हर निद, दुख न सके व्याप, दीन दर्द निवार ठाकुर, राखे जन की आप, तरण तारण हर निद, दुख न सके व्याप, साधु संग भजहो गोपाल, आन संजम किछ न सूझै, एह जतन काट काल काल, रहाओ आद अंत दयाल पूरन, तेस बिना नहीं को, जन्म मरण निवार हर जाप, सिमर स्वामी सोय, आद अंत दयाल पूरन, तेस बिना नहीं को, जन्म मरण निवार हर जाप, सिमर स्वामी सोय। तनासरी महला पंजवा, दीन दर्द निवार ठाकुर। वाहेगुरु जी का खालसा, वाहेगुरु जी की फतेह। परम सन्मान योग
ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਗੁਰਸੰਗਤ ਜੀਓ ਆਪਾਂ ਸਰਬੱਤ ਗੁਰੂ ਕੀਆਂ ਸੰਗਤਾਂ ਸਤਿਗੁਰ ਸਾਹਿਬਾਨ ਜੀ ਦੇ ਪਾਵਨ ਹਜ਼ੂਰ ਪਹੁੰਚ ਕਰਕੇ ਪਾਵਨ ਸਤਿਗੁਰੂ ਸਾਹਿਬਾਨ ਜੀ ਦੇ ਦਰਸ਼ਨ ਦਿਦਾਰੇ ਗੁਰਬਾਣੀ ਗੁਰਬਾਣੀ ਕੀਰਤਨ ਗੁਰਮੁਖਾਂ ਦੀ ਪਾਵਨ ਰਸਨਾ ਤੋਂ ਸ਼੍ਰਵਣ ਕਰਨਾ ਕੀਤਾ ਹੈ। ਹੁਣ ਜੋ ਪਾਵਨ ਹੁਕਮਨਾਮਾ ਸਾਹਿਬ ਸਤਿਗੁਰੂ ਸਾਹਿਬਾਨ ਜੀ ਨੇ ਅੰਮ੍ਰਿਤ ਵੇਲੇ ਸਾਡਾਈ ਬਖਸ਼ਿਸ਼ ਕੀਤਾ ਹੈ ਉਸ ਦੀ ਜਿਹੜੀ ਵਿਚਾਰ ਹੈ ਉਸ ਦੀ ਜਿਹੜੀ ਸੋਝੀ ਪ੍ਰਾਪਤ ਕਰਨ ਦੇ ਲਈ ਗੁਰੂ ਚਰਨਾਂ ਦਾ ਓਟ ਆਸਰਾ ਲੈ ਕਰਕੇ ਮਨ ਦੇ ਅੰਦਰ ਗੁਰੂ ਦੇ ਪ੍ਰਤੀ ਗੁਰੂ ਚਰਨਾਂ ਦੇ ਪ੍ਰਤੀ ਸ਼ਰਧਾ ਭਾਵਨਾ ਮਨ ਦੇ ਵਿੱਚ ਧਾਰਨ ਕਰਕੇ ਓਟ ਆਸਰਾ ਲੈ ਕਰਕੇ ਇਹ ਪਾਵਨ ਵਿਚਾਰ ਆਪਾਂ ਸ਼੍ਰਵਣ ਕਰਨੀ ਹੈ ਕਿਉਂਕਿ ਮਨੁੱਖ ਨੂੰ ਚਾਹੇ ਮਨ ਹੀ ਮਨ ਇਹ ਜਾਪਦਾ ਹੈ ਕਿ ਮੇਰੇ ਸੰਸਾਰ ਦੇ ਵਿੱਚ ਬੜੇ ਓਟ ਨੇ ਬੜੇ ਆਸਰੇ ਨੇ ਪਰ ਅਸਲ ਦੇ ਵਿੱਚ ਜਦੋਂ ਗਹਿਰਾਈ ਦੇ ਨਾਲ ਸੋਚਿਆ ਜਾਵੇ ਵਿਚਾਰਿਆ ਜਾਵੇ ਤਾਂ ਉਦੋਂ ਸਮਝ ਇਹ ਪੈਂਦੀ ਹੈ ਕਿ ਮਨੁੱਖ ਦਾ ਇੱਕੋ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਹੋਰ ਇਹ ਸੰਸਾਰ 'ਤੇ ਕੋਈ ਵੀ ਆਸਰਾ ਨਹੀਂ ਹੈ ਕਿਉਂਕਿ ਪਾਵਨ ਗੁਰਬਾਣੀ ਦੇ ਇਹ ਵਾਕ ਨੇ ਕਿ ਜਾ ਕੋ ਮੁਸ਼ਕਲ ਅਤ ਬਣੈ ਢੋਈ ਕੋਏ ਨਾ ਦੇ ਕਿ ਮਨੁੱਖ ਦੇ ਜੀਵਨ ਦੇ ਵਿੱਚ ਕਦੇ ਇੱਦਾਂ ਦਾ ਵੀ ਸਮਾਂ ਆ ਜਾਵੇ ਕਿ ਜੀਵਨ ਦੇ ਵਿੱਚ ਬਹੁਤੀਆਂ ਔਕੜਾਂ ਬਹੁਤੇ ਦੁੱਖ ਤਕਲੀਫ ਆ ਉਤਰਨ ਅਤੇ ਹੋਵੇ ਵੀ ਇਹ ਕਿ ਢੋਈ ਕੋਈ ਨਾ ਦੇ ਸੰਸਾਰ ਦੇ ਜਿੰਨੇ ਵੀ ਪੱਖ ਜਿੰਨੇ ਵੀ ਰਿਸ਼ਤੇਦਾਰ ਸਾਕ ਸੰਬੰਧੀ ਸਭ ਪ੍ਰਕਾਰ ਕਰਕੇ ਕੋਈ ਵੀ ਸਾਡਾ ਜਿਹੜਾ ਆਸਰਾ ਹੈ ਉਹ ਨਾ ਬਣੇ ਢੋਈ ਕੋਏ ਨਾ ਦੇ ਕਿਸੇ ਵੀ ਪ੍ਰਕਾਰ ਦੀ ਜਿਹੜੀ ਢੋ ਹੈ ਆਸਰਾ ਹੈ ਉਹ ਨਾ ਦੇਣਾ ਕਰੇ ਸਭੋ ਭੱਜੈ ਆਸਰਾ ਸਾਕ ਭੇ ਭੱਜ ਖਲੇ ਜਿੰਨੇ ਵੀ ਆਸਰੇ ਆਪਾਂ ਮਨ ਹੀ ਮਨ ਸੋਚਦੇ ਸੀ ਵਿਚਾਰਦੇ ਸੀ ਉਹ ਸਭ ਹੀ ਭੱਜ ਜਾਣ ਦੂਰ ਹੋ ਜਾਣ ਪਰ ਫਿਰ ਵੀ ਸਤਿਗੁਰੂ ਸਾਹਿਬਾਨ ਜੀ ਦੀ ਪਾਵਨ ਗੁਰਬਾਣੀ ਦਾ ਵਾਕ ਹੈ ਕਿ ਚਿੱਤ ਆਵੇ ਉਸ ਪਾਰ ਬ੍ਰਹਮ ਲੱਗੈ ਨਾ ਤੱਤੀ ਵਾਓ ਕਿ ਫਿਰ ਵੀ ਜੇ ਉਸ ਮਨੁੱਖ ਨੂੰ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਨਹੀਂ ਭੁੱਲੀ ਉਹ ਪਰਮੇਸ਼ਰ ਵਾਹਿਗੁਰੂ ਕਿਤੇ ਨਾ ਕਿਤੇ ਸਿਮਰਤੀ ਦੇ ਵਿੱਚ ਪਿਆ ਹੈ ਤਾਂ ਫਿਰ ਉਸ ਮਨੁੱਖ ਨੂੰ ਕਿਸੇ ਵੀ ਪ੍ਰਕਾਰ ਦੀ ਜਿਹੜੀ ਤੱਤੀ ਵਾਹ ਹੈ ਇਹ ਜਿਹੜਾ ਸਤਿਗੁਰੂ ਸਾਹਿਬਾਨ ਜੀ ਨੇ ਇਸ ਪੰਕਤੀ ਦੇ ਵਿੱਚ ਇੱਕ ਮੁਹਾਵਰਾ ਅੰਕਿਤ ਕੀਤਾ ਹੈ ਕਿ ਜਿਵੇਂ ਆਮ ਮੁਹਾਵਰਾ ਹੈ ਕਿ ਤੱਤੀ ਵਾਹ ਨਾ ਲੱਗਣਾ ਭਾਵ ਬਾਹਰੀ ਤੌਰ 'ਤੇ ਭਾਵੇਂ ਸਾਨੂੰ ਦੇਖਣ ਦੇ ਵਿੱਚ ਲੱਗੇਗਾ ਕਿ ਮਨੁੱਖ ਬੜਾ ਪਰੇਸ਼ਾਨ ਹੈ ਬੜਾ ਦੁੱਖ ਝੱਲ ਰਿਹਾ ਹੈ ਪਰ ਉਸ ਦਾ ਜਿਹੜਾ ਹਿਰਦਾ ਹੈ ਉਹ ਐਨ ਸਮੁੰਦਰ ਦੀਆਂ ਹੇਠਲੇ ਪਾਣੀ ਦੇ ਵਾਂਗ ਸ਼ਾਂਤ ਹੋਵੇਗਾ ਇਹ ਹੋ ਤਾਂ ਸਕਦਾ ਹੈ ਜਦੋਂ ਅਸੀਂ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਓਟ ਆਸਰਾ ਲੈ ਲਈਏ ਪੁਰਾਣੇ ਸਮੇਂ ਦੇ ਵਿੱਚ ਆਪਾਂ ਇੱਕ ਚੀਜ਼ ਦੇਖਦੇ ਸੀ ਕਿ ਜਦੋਂ ਕਿਤੇ ਆਕਾਸ਼ ਦੇ ਵਿੱਚ ਜਹਾਜ਼ ਨੇ ਉੱਡਣਾ ਅਤੇ ਉੱਡਣ ਦੀ ਆਵਾਜ਼
ਜਦੋਂ ਬੱਚਿਆਂ ਦੇ ਕੰਨ ਦੇ ਵਿੱਚ ਪੈਣੀ ਤਾਂ ਬੱਚੇ ਦੌੜ ਕੇ ਮਾਂ ਦੀ ਗੋਦ ਵਿੱਚ ਲੁਕ ਜਾਂਦੇ ਸੀ। ਉਸ ਨੂੰ ਪਤਾ ਹੁੰਦਾ ਸੀ ਕਿ ਸੰਸਾਰ ਦੀ ਕੋਈ ਵੀ ਤਾਕਤ ਹੈ ਉਹ ਮੈਨੂੰ ਮਾਂ ਦੀ ਗੋਦ ਹੀ ਇੱਕ ਬਚਾ ਸਕਦੀ ਹੈ। ਕੋਈ ਵੀ ਸੰਸਾਰ ਦੀ ਸਮੱਸਿਆ, ਚਾਹੇ ਜਹਾਜ਼, ਆਖਿਆ ਜਾਂਦਾ ਸੀ ਕਿ ਜਹਾਜ਼ ਲੈਣ ਆਇਆ ਹੈ, ਪਰ ਬੱਚਿਆਂ ਨੂੰ ਇਹ ਵਿਸ਼ਵਾਸ, ਇਹ ਇੱਕ ਭਰੋਸਾ ਹੁੰਦਾ ਸੀ ਕਿ ਜੇ ਮੈਂ ਭੱਜ ਕਰਕੇ ਆਪਣੀ ਮਾਂ ਦੀ ਗੋਦ ਵਿੱਚ ਪਹੁੰਚ ਗਿਆ ਤਾਂ ਮੈਨੂੰ ਕਿਸੇ ਵੀ ਪ੍ਰਕਾਰ ਦਾ ਜਿਹੜਾ ਡਰ ਭੈ ਹੈ ਉਹ ਕਰਨ ਦੀ ਲੋੜ ਨਹੀਂ। ਉਸੇ ਪ੍ਰਕਾਰ ਇਹ ਜਿਹੜਾ ਮਨੁੱਖ ਹੈ, ਜਿਹੜਾ ਬਿਨਾਂ ਆਸਰੇ ਤੋਂ ਇਸ ਸੰਸਾਰ 'ਤੇ ਜਨਮ ਲੈਂਦਾ ਹੈ ਅਤੇ ਇਸ ਦਾ ਆਸਰਾ ਇੱਕ ਅਕਾਲ ਪੁਰਖ ਵਾਹਿਗੁਰੂ ਜੇ ਹੋ ਜਾਵੇ, ਬਾਕੀ ਜਿੰਨੇ ਸਾਕ ਸੰਬੰਧੀ ਨੇ, ਹੋਰ ਜਿਹੜੇ ਦੋਸਤ ਮਿਲੇ, ਉਹਨਾਂ ਦੀ ਫਿਰ ਬਹੁਤੀ ਜ਼ਿਆਦਾ ਜ਼ਰੂਰਤ, ਲੋੜ ਜਿਹੜੀ ਹੈ ਉਹ ਨਹੀਂ ਰਹਿ ਜਾਂਦੀ। ਕਿਉਂਕਿ ਆਖਰ ਦੇ ਵਿੱਚ ਸਾਨੂੰ ਬਚਾਉਣ ਵਾਲਾ ਗੁਰਬਾਣੀ ਦਾ ਓਟ ਆਸਰਾ, ਪਰਮੇਸ਼ਰ ਵਾਹਿਗੁਰੂ ਦਾ ਹੀ ਆਸਰਾ ਹੈ। ਉਹ ਕਿਵੇਂ? ਇੱਕ ਵਾਰ ਕੁਝ ਗੁਰਸਿੱਖ ਇਕੱਠੇ ਹੋ ਕਰਕੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨ ਕਰਨ, ਸਤਿਗੁਰਾਂ ਦੀ ਪਾਵਨ ਸੰਗਤ ਕਰਨ ਦੇ ਲਈ ਇੱਕ ਜਥੇ ਰੂਪ ਦੇ ਅੰਦਰ ਗੁਰਸਿੱਖ ਜਾ ਰਹੇ। ਰਸਤੇ ਵਿੱਚ ਜਾਂਦਿਆਂ ਜਾਂਦਿਆਂ ਪੜਾਅ ਦਰ ਪੜਾਅ ਕਰਦੇ ਹੋਏ ਇੱਕ ਜਗ੍ਹਾ ਉਸ ਗੁਰਸਿੱਖਾਂ ਦੇ ਜਥੇ ਨੂੰ ਕੁਝ ਜਿਹੜੇ ਸਿੱਧ ਵਿਦਵਾਨ ਪੁਰਸ਼ ਮਿਲੇ। ਉਹਨਾਂ ਵਿਦਵਾਨ ਪੁਰਸ਼ਾਂ ਨੇ ਗੁਰਸਿੱਖਾਂ ਨੂੰ ਤਿੰਨ ਸਵਾਲ ਕੀਤੇ। ਇੱਕ ਸਵਾਲ ਤਾਂ ਇਹ ਕੀਤਾ ਕਿ ਤੁਸੀਂ ਕੌਣ ਹੋ, ਦੂਸਰਾ ਸਵਾਲ ਇਹ ਕੀਤਾ ਕਿ ਤੁਸੀਂ ਕਿੱਧਰ ਜਾ ਰਹੇ ਹੋ, ਇਹ ਜਿਹੜਾ ਜਥਾ ਹੈ, ਇਹ ਸੰਗਤ ਹੈ, ਇਹ ਕਿੱਧਰ ਜਾ ਰਹੀ ਹੈ। ਤੀਸਰਾ ਸਵਾਲ ਇਹ ਕੀਤਾ ਕਿ ਜਦੋਂ ਤੁਹਾਡਾ ਗੁਰੂ, ਤੁਹਾਡਾ ਰਹਿਬਰ ਇਸ ਸੰਸਾਰ ਦੇ ਉੱਪਰ ਸਰੀਰ ਕਰਕੇ ਨਾ ਰਹੇਗਾ ਤਾਂ ਤੁਹਾਡੀ ਰੱਖਿਆ ਕੌਣ ਕਰੇਗਾ? ਗੁਰਸਿੱਖਾਂ ਨੇ ਸਵਾਲਾਂ ਦੇ ਜਵਾਬ ਦੇਣੇ ਸ਼ੁਰੂ ਕੀਤੇ। ਪਹਿਲੇ ਸਵਾਲ ਦਾ ਜਵਾਬ ਦਿੱਤਾ ਕਿ ਅਸੀਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਿੱਖ ਹਾਂ, ਉਹਨਾਂ ਦੀ ਸਿੱਖਿਆ ਧਾਰਨ ਕਰਨ ਵਾਲੇ, ਸਿੱਖਿਆ ਦੇ ਉੱਪਰ ਚੱਲਣ ਵਾਲੇ ਹਾਂ। ਦੂਸਰਾ ਸਵਾਲ ਸੀ ਕਿ ਤੁਸੀਂ ਕਿੱਧਰ ਜਾ ਰਹੇ ਹੋ? ਗੁਰਸਿੱਖਾਂ ਨੇ ਜਵਾਬ ਦਿੱਤਾ ਕਿ ਅਸੀਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸੰਗਤ ਕਰਨ, ਪਾਵਨ ਸਿੱਖਿਆਵਾਂ ਲੈਣ, ਸਤਿਗੁਰਾਂ ਨੂੰ ਨਮਸਕਾਰ ਕਰਨ, ਸਤਿਗੁਰਾਂ ਦੇ ਪਾਸ ਜਾ ਰਹੇ ਹਾਂ। ਪਰ ਜਿਹੜਾ ਤੀਸਰਾ ਸਵਾਲ ਸੀ ਕਿ ਜਦੋਂ ਤੁਹਾਡਾ ਗੁਰੂ, ਤੁਹਾਡਾ ਰਹਿਬਰ ਇਸ ਸੰਸਾਰ ਦੇ ਉੱਪਰ ਨਾ ਰਹੇਗਾ ਤਾਂ ਤੁਹਾਡੀ ਰੱਖਿਆ ਕੌਣ ਕਰੇਗਾ? ਇਸ ਦਾ ਜਿਹੜਾ ਜਵਾਬ ਉਹ ਗੁਰਸਿੱਖਾਂ ਨੂੰ ਨਾ ਆਇਆ। ਉੱਥੋਂ ਚੱਲ ਕੇ ਪੜਾਅ ਦਰ ਪੜਾਅ ਸਤਿਗੁਰਾਂ ਦੇ ਪਾਵਨ ਹਜ਼ੂਰ ਜਦੋਂ ਸੰਗਤਾਂ ਪਹੁੰਚੀਆਂ, ਜਾ ਕਰਕੇ ਸੁੱਖ ਸਾਂਦ ਪੁੱਛੀ, ਹੋਰ ਪ੍ਰਸ਼ਾਦਾ ਪਾਣੀ ਛਕਿਆ, ਜਦੋਂ ਸਤਿਗੁਰੂ ਸਾਹਿਬਾਨ ਜੀ ਦੇ ਹਜ਼ੂਰ ਸੰਗਤ ਰੂਪ ਦੇ ਅੰਦਰ ਸਭ ਸੰਗਤਾਂ ਆ ਕੇ ਬੈਠੀਆਂ ਅਤੇ ਕੁਝ ਮੁਖੀ ਗੁਰਸਿੱਖਾਂ ਨੇ ਉਹੀ ਵਾਰਤਾ ਸਤਿਗੁਰਾਂ ਨੂੰ ਸੁਣਾਈ ਕਿ ਸਤਿਗੁਰੂ ਜੀ, ਅਸੀਂ ਇਸ ਪ੍ਰਕਾਰ ਰਸਤੇ ਦੇ ਵਿੱਚ ਜਦੋਂ ਆ ਰਹੇ ਸੀ ਤਾਂ ਸਾਨੂੰ ਕੁਝ ਸਿੱਧ ਵਿਦਵਾਨ ਪੁਰਸ਼ ਮਿਲੇ, ਉਹਨਾਂ ਨੇ ਸਾਨੂੰ ਤਿੰਨ ਸਵਾਲ ਕੀਤੇ ਸਨ, ਜਿਨ੍ਹਾਂ ਦੇ ਵਿੱਚੋਂ ਦੋ ਸਵਾਲਾਂ ਦੇ ਜਵਾਬ ਅਸੀਂ ਦੇ ਆਏ ਹਾਂ। ਇੱਕ ਉਹਨਾਂ ਨੇ ਸਵਾਲ ਕੀਤਾ ਸੀ ਜਿਸ ਦਾ ਜਵਾਬ ਸਾਨੂੰ ਨਾ ਆਇਆ, ਅਤੇ ਸਤਿਗੁਰਾਂ ਨੇ ਉਹ ਸਵਾਲ ਪੁੱਛਿਆ ਅਤੇ ਗੁਰਸਿੱਖਾਂ ਨੇ ਆਖਿਆ ਕਿ ਸਤਿਗੁਰੂ ਜੀ, ਉਹ ਇਹ ਸਵਾਲ ਸੀ ਕਿ ਜਦੋਂ ਤੁਹਾਡਾ ਗੁਰੂ ਇਸ ਸੰਸਾਰ ਦੇ ਉੱਪਰ ਸਰੀਰ ਕਰਕੇ ਨਾ ਰਹੇਗਾ
ਤਾਂ ਉਦੋਂ ਤੁਹਾਡੀ ਰੱਖਿਆ ਕੌਣ ਕਰੇਗਾ? ਤਾਂ ਸਤਿਗੁਰੂ ਜੀ ਨੇ ਇਸ ਦਾ ਜਵਾਬ ਦਿੱਤਾ ਕਿ ਭਾਈ ਗੁਰਸਿੱਖੋ, ਇਹ ਜੋ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਇਹ ਜੋ ਪਰਮੇਸ਼ਰ ਵਾਹਿਗੁਰੂ ਦੀ ਧੁਰ ਦਰਗਾਹ ਤੋਂ ਉਤਪੰਨ ਹੋਈ ਇਹ ਪਾਵਨ ਪਵਿੱਤਰ ਗੁਰਬਾਣੀ ਜਿੱਥੇ ਅਸੀਂ ਕੀਰਤਨ ਰਾਹੀਂ ਇਸ ਨੂੰ ਉਚਾਰ ਰਹੇ ਹਾਂ, ਗਾਇਨ ਕਰ ਰਹੇ ਹਾਂ, ਉੱਥੇ ਨਾਲ ਨਾਲ ਭਾਵਨਾ ਵਾਲੇ ਗੁਰਸਿੱਖ ਇਸ ਨੂੰ ਜਿਹੜੀਆਂ ਪੋਥੀਆਂ ਰੂਪ ਦੇ ਅੰਦਰ ਇਸ ਪਾਵਨ ਬਾਣੀ ਨੂੰ ਲਿਖ ਵੀ ਰਹੇ ਹਨ ਅਤੇ ਆਉਣ ਵਾਲੇ ਸਮੇਂ ਦੇ ਅੰਦਰ ਭਾਵਨਾ ਦੇ ਸਹਿਤ ਗੁਰਸਿੱਖ ਹੱਥੀਂ ਲਿਖ ਕਰਕੇ ਇਹ ਜਿਹੜੀਆਂ ਪੋਥੀਆਂ ਨੇ, ਇਹ ਜਿਹੜੀ ਪਾਵਨ ਗੁਰਬਾਣੀ ਹੈ, ਇਸ ਨੂੰ ਲਿਖਿਆ ਕਰਨਗੇ ਅਤੇ ਇਹੀ ਜਿਹੜੀ ਪਾਵਨ ਗੁਰਬਾਣੀ ਹੈ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ, ਆਉਣ ਵਾਲੀਆਂ ਸੰਤਾਨਾਂ ਦੀ ਇਹ ਰੱਖਿਆ ਕਰੇਗੀ। ਇਸ ਗੱਲ ਤੋਂ ਇਹ ਆਪਾਂ ਪਾਵਨ ਸਿੱਖਿਆਵਾਂ ਲੈਣੀਆਂ ਨੇ ਕਿ ਸਾਡਾ ਇਸ ਸੰਸਾਰ ਦੇ ਉੱਪਰ ਜੇ ਅਸੀਂ ਆਪਣੇ ਆਪ ਨੂੰ ਗੁਰਸਿੱਖ ਮੰਨਦੇ ਹਾਂ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸੰਗਤ ਕਰਨ ਵਾਲੇ, ਕਿਉਂਕਿ ਜਦੋਂ ਵੀ ਕੋਈ ਆਪਾਂ ਨੂੰ ਪੁੱਛਦਾ ਹੈ ਕਿ ਤੁਸੀਂ ਕੌਣ ਹੋ, ਤਾਂ ਆਪਾਂ ਝੱਟ ਕਹਿ ਦਿੰਦੇ ਹਾਂ ਕਿ ਅਸੀਂ ਸਿੱਖ ਧਰਮ ਨੂੰ ਬਿਲੋਂਗ ਕਰਨ ਵਾਲੇ ਹਾਂ, ਪਰ ਅਸਲ ਦੇ ਅੰਦਰ ਹੋ ਕੀ ਰਿਹਾ ਹੈ ਕਿ ਆਪਾਂ ਗੁਰੂ ਨੂੰ ਸਿਰਫ ਮੱਥੇ ਟੇਕਣ ਤੱਕ ਸੀਮਤ ਕਰ ਦਿੱਤਾ ਹੈ। ਇਸ ਦੀਆਂ ਜਿਹੜੀਆਂ ਸਿੱਖਿਆਵਾਂ ਨੇ ਉਹ ਸਾਨੂੰ ਭਾਉਂਦੀਆਂ ਨਹੀਂ। ਜੇ ਸਾਨੂੰ ਕੋਈ ਇਹ ਗੱਲ ਆਖੇ ਕਿ ਭਾਈ ਗੁਰਸਿੱਖੋ, ਤੁਸੀਂ ਕੇਸ ਰੱਖੋ, ਗੁਰੂ ਵਾਲੇ ਬਣੋ, ਤਾਂ ਸਾਡੇ ਕੋਲ ਬਹਾਨੇ ਹੁੰਦੇ ਨੇ ਕਿ ਕੇਸ ਰੱਖਿਆਂ ਕੋਈ ਬਹੁਤਾ ਥੋੜ੍ਹੀ ਹੋ ਜਾਂਦਾ, ਮਨ ਦੇ ਵਿੱਚ ਪ੍ਰੇਮ ਹੋਣਾ ਚਾਹੀਦਾ ਹੈ। ਹਾਂ, ਇਹ ਗੱਲ ਠੀਕ ਹੈ ਕਿ ਗੁਰੂ ਨੂੰ ਮਨ ਦਾ ਜਿਹੜਾ ਪ੍ਰੇਮ ਹੈ ਉਹ ਜ਼ਿਆਦਾ ਭਾਉਂਦਾ ਹੈ, ਪਰ ਜਿਹੜੇ ਗੁਰੂ ਕੇ ਕੇਸ ਨੇ ਇਹ ਵੀ, ਇਹਨਾਂ ਨੂੰ ਵੀ ਗੁਰੂ ਕੀ ਮੋਹਰ ਦਾ ਦਰਜਾ ਮਿਲਿਆ ਹੋਇਆ ਕਿ ਜਿਵੇਂ ਕਿਸੇ ਨੋਟ ਦੇ ਉੱਪਰ, ਕਿਸੇ ਕਰੰਸੀ ਦੇ ਉੱਪਰ ਜਿੰਨਾ ਚਿਰ ਮੋਹਰ ਨਾ ਹੋਵੇ ਉਹ ਪੈਸਾ ਕਿਸੇ ਕੰਮੇ ਨਹੀਂ ਆਉਂਦਾ, ਉਸੇ ਪ੍ਰਕਾਰ ਅੱਜ ਹੋ ਕੀ ਰਿਹਾ ਹੈ। ਆਪਾਂ ਬਹੁਤੇ ਗੁਰਸਿੱਖ ਪੰਜਾਬ ਦੇ ਵਿੱਚ ਜੰਮੇ ਹਾਂ, ਰਹਿੰਦੇ ਵੀ ਪੰਜਾਬ ਦੇ ਵਿੱਚ ਹਾਂ, ਖਾਨੇ ਵੀ ਪੰਜਾਬ ਦੇ ਵਿੱਚ ਹਾਂ, ਵੱਡੇ ਵੀ ਪੰਜਾਬ ਦੇ ਵਿੱਚ ਹੋਏ ਹਾਂ, ਪਰ ਹੁਣ ਆਪਾਂ ਨਿਗਾਹ ਮਾਰ ਕੇ ਇਹ ਵੇਖਣੀ ਹੈ ਕਿ ਅੱਜ ਤੋਂ ਜਿਹੜਾ 30-40 ਸਾਲ ਸਮਾਂ ਪਹਿਲਾਂ ਸੀ, ਉਸ ਸਮੇਂ ਦੇ ਵਿੱਚ ਕਿਸੇ ਟਾਵੇਂ ਟਾਵੇਂ ਮਨੁੱਖ ਦੇ ਜਿਹੜੇ ਕੇਸ ਸਨ ਉਹ ਕਤਲ ਕਰਵਾਏ ਹੋਏ ਸਨ। ਦਾਸ ਨੂੰ ਪਿੱਛੇ ਜੰਮੂ ਜਾਣ ਦਾ ਸਮਾਂ ਮਿਲਿਆ, ਉੱਥੇ ਜਾ ਕੇ ਬੜੀ ਹੈਰਾਨਗੀ ਹੋਈ, ਉੱਥੇ ਜਿੰਨੇ ਵੀ ਗੁਰਸਿੱਖ ਵੱਸਦੇ ਨੇ, ਤੁਸੀਂ ਜਿੰਨੇ ਵੀ ਬਾਜ਼ਾਰਾਂ ਦੇ ਵਿੱਚ, ਗੁਰਦੁਆਰੇ ਸਾਹਿਬ ਦੇ ਅੰਦਰ ਕਿਸੇ ਜਗ੍ਹਾ ਵੀ ਜਦੋਂ ਜਾਓਗੇ, ਤੁਹਾਨੂੰ ਕਿਸੇ ਵੀ ਗੁਰਸਿੱਖ ਦੇ ਜਿਹੜੇ ਕੇਸ ਨੇ ਉਹ ਕਤਲ ਕਰਵਾਏ ਹੋਏ ਨਹੀਂ ਦਿਸਣਗੇ। ਉੱਥੇ ਗੁਰਸਿੱਖਾਂ ਨੂੰ ਦਾਸ ਨੇ ਪੁੱਛਿਆ ਕਿ ਇਹ ਬੜੀ ਹੈਰਾਨਗੀ ਵਾਲੀ ਗੱਲ ਹੈ ਕਿ ਜਿੰਨੇ ਵੀ ਤੁਸੀਂ ਗੁਰਸਿੱਖ ਵੱਸਦੇ ਹੋ ਕਿਸੇ ਦੇ ਕੇਸ ਨਹੀਂ ਕਤਲ ਕਰਵਾਏ। ਗੁਰਸਿੱਖਾਂ ਨੇ ਦੱਸਿਆ ਕਿ ਸਾਡੇ ਇੱਧਰ ਇੱਕ ਰੀਤ ਹੈ ਕਿ ਜੇ ਕੋਈ ਕੇਸ ਕਟਵਾ ਦੇਵੇ ਅਸੀਂ ਉਸ ਨੂੰ ਮੂੰਹ ਨਹੀਂ ਲਾਉਂਦੇ, ਉਸ ਨੂੰ ਚੰਗਾ ਨਹੀਂ ਸਮਝਦੇ। ਅਤੇ ਦਾਸ ਨੂੰ ਕੁਝ ਸਮਾਂ ਰਹਿੰਦਿਆਂ ਹੋਇਆਂ ਕੁਝ ਗੁਰਸਿੱਖ ਦਾੜ੍ਹੀ ਕਟਵਾਏ ਹੋਏ, ਕਿਸੇ ਨੇ ਕੇਸ ਕਤਲ ਕਰਵਾਏ, ਕੁਝ ਇੱਦਾਂ ਦੇ ਜਿਹੜੇ ਗੁਰਸਿੱਖ ਉਹ ਮਿਲੇ। ਦਾਸ ਨੇ ਫਿਰ ਉਹਨਾਂ ਤੋਂ ਪੁੱਛਿਆ ਕਿ ਤੁਸੀਂ ਤਾਂ ਆਖਦੇ ਸੀ ਕਿ ਇੱਥੇ ਸਾਰੇ ਹੀ ਕੇਸਾਧਾਰੀ ਮਿਲਣਗੇ, ਅਤੇ ਆਹ ਦੇਖੋ ਕੁਝ ਗੁਰਸਿੱਖਾਂ ਨੇ ਆਪਣੇ ਦਾੜ੍ਹੇ ਦੇ ਜਿਹੜੇ ਕੇਸ ਨੇ ਉਹ ਕਟਵਾਏ ਹੋਏ ਆ।
ਅਤੇ ਉਹ ਗੁਰਸਿੱਖ ਦਾਸ ਨੂੰ ਹੱਸ ਕੇ ਆਖਣ ਲੱਗੇ ਕਿ ਗਿਆਨੀ ਜੀ, ਇਹ ਜਿਨ੍ਹਾਂ ਨੇ ਕੇਸ ਕਟਵਾਏ ਨੇ ਇਹ ਪੰਜਾਬ ਤੋਂ ਆਏ ਹੋਏ ਆ। ਜੰਮੂ ਦੇ ਜਿਹੜੇ ਪੱਕੇ ਵਸਨੀਕ ਨੇ ਉਹ ਕਦੇ ਵੀ ਕੇਸ ਨਹੀਂ ਕਟਾਉਂਦੇ, ਨਾ ਸਿਰ ਦੇ ਅਤੇ ਨਾ ਦਾੜ੍ਹੀ ਮੁੱਛਾਂ। ਸੋ ਇਹ ਬੜੀ ਹੈਰਾਨਗੀ ਵਾਲੀ ਗੱਲ ਹੈ ਕਿ ਪੰਜਾਬ ਤੋਂ ਬਾਹਰ ਜਿਹੜੇ ਵੱਸਦੇ ਗੁਰਸਿੱਖ ਨੇ ਉਹਨਾਂ ਨੇ ਕੇਸਾਂ ਦੀ ਸੰਭਾਲ ਕੀਤੀ ਹੈ। ਬਹਾਨੇ ਤਾਂ ਉਹਨਾਂ ਕੋਲ ਵੀ ਬੜੇ ਨੇ ਕਿ ਜੰਮੂ ਕਸ਼ਮੀਰ ਦੇ ਵਿੱਚ ਬੜਾ ਡਰ ਹੈ, ਇੱਧਰ ਸਰਕਾਰਾਂ ਹੋਰ ਨੇ, ਵਾਤਾਵਰਨ ਹੋਰ ਹੈ, ਪਰ ਉਹਨਾਂ ਨੇ ਬਹਾਨੇ ਨਹੀਂ ਲਾਏ, ਉਹਨਾਂ ਨੇ ਗੁਰੂ ਦਾ ਹੁਕਮ ਪਹਿਚਾਣਿਆ। ਸੋ ਆਪਾਂ ਸਭਨਾਂ ਨੇ ਆਪੋ ਆਪਣੇ ਪਰਿਵਾਰਾਂ ਦੇ ਵਿੱਚ ਬੱਚਿਆਂ ਦੇ ਉੱਪਰ ਇਹ ਗੌਰ ਕਰਨੀ ਹੈ ਕਿ ਬੱਚਿਆਂ ਨੂੰ ਕੁਝ ਹੋਰ ਦੇਈਏ ਜੇ ਨਾ ਦੇਈਏ, ਗੁਰੂ ਕੀ ਜਿਹੜੀ ਸਿੱਖਿਆ ਹੈ ਇਹ ਜ਼ਰੂਰ ਆਪਣੇ ਜਿਉਂਦਿਆਂ ਜੀ ਪ੍ਰਦਾਨ ਕਰ ਦੇਈਏ, ਨਹੀਂ ਤਾਂ ਉਹ ਦਿਨ ਦੂਰ ਨਹੀਂ ਹੋਣਾ ਜਦੋਂ ਬੱਚੇ ਗਲੀਆਂ ਦੇ ਵਿੱਚ ਨਸ਼ਾ ਕਰਦੇ ਹੋਏ ਡਿੱਗੇ ਆਪਾਂ ਨੂੰ ਦਿਸਣਗੇ। ਸੋ ਇਸ ਲਈ ਸਾਰੀ ਗੱਲ ਦਾ ਕਹਿਣ ਦਾ ਭਾਵ ਇਹੀ ਹੈ ਕਿ ਗੁਰਸਿੱਖਾਂ ਦਾ ਗੁਰੂ ਤੋਂ ਬਿਨਾਂ, ਗੁਰਬਾਣੀ ਤੋਂ ਬਿਨਾਂ ਕੋਈ ਵੀ ਹੋਰ ਇਸ ਦੁਨੀਆ ਦੇ ਉੱਪਰ ਆਸਰਾ ਨਹੀਂ ਹੈ ਜਿਹੜਾ ਸਾਨੂੰ ਭੀੜ ਪਈ ਤੋਂ ਬਚਾ ਸਕੇ। ਜਦੋਂ ਵੀ ਬੌੜੀ ਕੀਤੀ ਹੈ ਉਦੋਂ ਗੁਰੂ ਨੇ ਕੀਤੀ ਹੈ। ਸੋ ਇਹ ਆਪਾਂ ਗੁਰੂ ਚਰਨਾਂ ਦੇ ਵਿੱਚ ਨਿਮਰਤਾ ਦੇ ਸਹਿਤ ਅਰਦਾਸ ਬੇਨਤੀ ਕਰਨੀ ਹੈ, ਜਿਵੇਂ ਅੱਗੇ ਸਾਹਿਬ ਸ਼੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਧਨਾਸਰੀ ਰਾਗ ਦੇ ਅੰਦਰ ਪਾਵਨ ਬਚਨਾਂ ਨੂੰ ਉਚਾਰ ਕੇ ਸਾਨੂੰ ਬੇਨਤੀ ਕਰਨ ਦਾ ਢੰਗ, ਤੌਰ ਤਰੀਕਾ ਦੱਸ ਰਹੇ ਨੇ। ਉਹ ਜਿਹੜੇ ਬਚਨ ਨੇ ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰਨਾ ਕਰੋ ਜੀ। ਧਨਾਸਰੀ ਮਹੱਲਾ ਪੰਜਵਾ। ਦੀਨ ਦਰਦ ਨਿਵਾਰ ਠਾਕੁਰ। ਸਾਹਿਬ ਸ਼੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਬਚਨਾਂ ਦੀ ਪ੍ਰਾਰੰਭਤਾ ਕਰਦੇ ਹੋਏ ਉਚਾਰਦੇ ਨੇ ਕਿ ਪਰਮੇਸ਼ਰ ਵਾਹਿਗੁਰੂ ਨੂੰ ਐਸੀ ਬੇਨਤੀ ਕਰਨੀ ਕਿ ਹੇ ਵਾਹਿਗੁਰੂ, ਹੇ ਵਾਹਿਗੁਰੂ ਪੈਦਾ ਕਰਨ ਵਾਲੇ, ਵਾਹਿਗੁਰੂ ਪਾਲਣਾ ਕਰਨ ਵਾਲੇ, ਇਸ ਸਰੀਰ ਦਾ ਨਾਸ਼ ਕਰਨ ਵਾਲੇ ਹੇ ਠਾਕੁਰ ਵਾਹਿਗੁਰੂ, ਦੀਨ ਦਰਦ ਨਿਵਾਰ, ਸਾਡੇ ਲਤਾੜਿਆਂ ਹੋਇਆਂ ਦਾ, ਗਰੀਬਾਂ ਦਾ, ਬੇਸਹਾਰਿਆਂ ਦਾ ਜਿਹੜਾ ਦਰਦ ਹੈ, ਜਨਮ ਮਰਨ ਦੇ ਜਿਹੜੇ ਦੁੱਖ ਸਾਨੂੰ ਪਏ ਹੋਏ ਨੇ, ਬੇਅੰਤ ਪ੍ਰਕਾਰ ਦੀਆਂ ਜਿਹੜੀਆਂ ਚਿੰਤਾਵਾਂ ਸਾਨੂੰ ਚਿੰਬੜੀਆਂ ਹੋਈਆਂ ਨੇ, ਉਹਨਾਂ ਨੂੰ ਸਾਡੇ ਜੀਵਨ ਦੇ ਵਿੱਚੋਂ ਨਿਵਾਰ ਦੇਣਾ ਕਰੋ। ਅਸੀਂ ਆਪਣਾ ਜਿਹੜਾ ਮਨ ਹੈ, ਜਿਵੇਂ ਅਸੀਂ ਗ੍ਰੰਥਾਂ ਦੇ ਵਿੱਚ, ਜਿਵੇਂ ਅਸੀਂ ਕਥਾਵਾਂ ਦੇ ਵਿੱਚ ਸੁਣਦੇ ਹਾਂ, ਉਵੇਂ ਸਾਡਾ ਮਨ ਸ਼ਾਂਤ ਵੀ ਹੋ ਜਾਵੇ, ਐਸੀ ਸਾਡੇ ਉੱਪਰ ਜਿਹੜੀ ਕਿਰਪਾ ਮਿਹਰ ਹੈ ਉਹ ਕਰ ਦੇਣਾ ਕਰੋ। ਅਸੀਂ ਗਰੀਬ ਨਿਤਾਣੇ ਲਿਤਾੜੇ ਹੋਏ ਜੀਵ ਹਾਂ, ਸਾਡੇ ਜੀਵਨ ਦਾ ਜਿਹੜਾ ਦਰਦ ਹੈ, ਦੁੱਖ ਤਕਲੀਫਾਂ ਨੇ, ਉਹਨਾਂ ਨੂੰ ਦੂਰ ਕਰ ਦੇਣਾ ਕਰੋ। ਰੱਖੈ ਜਾਨਕੀ ਆਪ। ਜਦੋਂ ਅਸੀਂ ਨਿਮਰਤਾ ਦੇ ਸਹਿਤ ਇੱਦਾਂ ਬੇਨਤੀ ਕਰਾਂਗੇ ਉਦੋਂ ਪਰਮੇਸ਼ਰ ਵਾਹਿਗੁਰੂ ਦੀ ਪ੍ਰਸੰਨਤਾ ਪ੍ਰਾਪਤ ਕਰਕੇ ਰੱਖੈ ਜਾਨਕੀ ਆਪ, ਜਿਹੜੇ ਉਸ ਪਰਮੇਸ਼ਰ ਵਾਹਿਗੁਰੂ ਦੇ ਜਨ ਸੇਵਕ ਭਗਤ ਬਣ ਜਾਂਦੇ ਆ, ਆਪ ਅਕਾਲ ਪੁਰਖ ਵਾਹਿਗੁਰੂ ਉਹਨਾਂ ਦੀ ਜਿਹੜੀ ਰੱਖਿਆ ਹੈ ਉਹ ਕਰਨਾ ਕਰਦੇ ਨੇ। ਤਰਨ ਤਾਰਨ ਹਰ ਨਿਦ। ਸਤਿਗੁਰੂ ਜੀ ਆਖ ਰਹੇ ਹਨ ਕਿ ਉਹ ਪਰਮੇਸ਼ਰ ਵਾਹਿਗੁਰੂ ਕੈਸਾ ਹੈ, ਤਰਨ ਤਾਰਨ ਇਸ ਸੰਸਾਰ ਸਮੁੰਦਰ ਤੋਂ ਤਾਰਨ ਦੇ ਲਈ ਜਹਾਜ਼ ਰੂਪ ਹੈ। ਜਿਵੇਂ ਆਪਾਂ ਬਚਨ ਪੜ੍ਹਦੇ ਹਾਂ, ਨਾਨਕ ਨਾਮ ਜਹਾਜ਼ ਹੈ, ਚੜ੍ਹੇ ਸੋ ਉੱਤਰੇ ਪਾਰ।
इस पंक्ति की विचार करनी बहुत लाजमी है कि ये आपां बचन बहुत बार पढ़े या सुने या कि नानक नाम जहाज है कि गुरु नानक साहब महाराज जी का ये बख्शिश किया होया वाहेगुरु गुरमंत्र का जेड़ा जहाज है। पर इस पंक्ति दे विच एक शर्त भी सतगुरां ने रखी है, वह केड़ी है? चढ़े, क्योंकि आपां जिन्हें मर्जी कीमती जहाज खरीद लईए, जिन्हें मर्जी वधिया साधन खरीद लईए, जिन्ना चर आपां उन्हां दे उपर चढ़ के सफर ना करांगे उन्हां दा सानू लाभ नहीं प्राप्त हो सकता। उसे प्रकार ही यह है कि चढ़े सो उतरे पार। जेड़ा भी इस गुरु नानक साहिब महाराज जी दे वाहेगुरु नाम दे जहाज दे उपर चढ़ जाता है उस दा पार उतारा हुंदा। ते हर निद ओ परमेश्वर वाहेगुरु निधियां बेअंत शक्तियां दा मालक है, उस दी शरण लेना करो। दुख ना सकै ब्याप, उस वाहेगुरु दी शरण लैन करके जेड़े जीवन दे दुख ने ओ मनुख नू ब्याप नहीं सकदे। इत्थे समझन वाली गल है कि दुख ना सकै ब्याप, ये नहीं कि जीवन दे विच दुख नहीं आउंदे, ये नहीं कि जीवन दे विच बीमारियां नहीं आउंदियां, कर्मां दे अनुसार हुंदा सब कुछ ही है, पर हुंदा उवें है जिवें एक बार श्री गुरु गोबिंद सिंह महाराज जी विराजमान सन, पंजां प्यारियां दे विचों सतगुरां नूं ये बेनती कीती कि सतगुरु जीओ तुसीं अपने चारे लाल चारे साहिबजादे वार दित्ते आ, कोई एक तां बचा लैंदे जिहड़ा अगे तुहाडी कुल जिहड़ी है वह चलदी रहिंदी। सतगुरां ने आखिया कि भाई गुरसिखा इदां कर, जमीन ते चार लकीरां खिच। उस गुरसिख ने चार लकीरां खिच दित्तियां। फिर सतगुरां ने आखिया कि इन्हां लकीरां नूं मेट देना कर, ते उस वेले उस गुरसिख ने लकीरां नूं मेट दिता। सतगुरां ने आखिया कि भाई गुरसिखा तू दसना कर के लकीरां खिच्चन वेले ते मेटन वेले तेरा किन्ना कु जोर लग्या, किन्ना कु तेरे मन दे विच विचार उठे। वह कहिंदा कोई खास नहीं। सतगुरां ने आखिया कि उसे प्रकार ही है कि ये जेड़े चार साहिबजादे ने आप अकाल पुरख वाहिगुरु ने बख्शे सन, ते उस दे धर्म दे उपरों ही कुर्बान हो गए ने, मेरा इंदे विच कोई भी योगदान नहीं है। इस प्रकार जीवन दे विच ए हुंदा है कि दुख तकलीफां सब प्रकार आउंदियां ने, पर जदों साडे कोल नानक नाम जहाज होवेगा तां उस वेले किसे भी प्रकार दे जिहड़े दुख ने सानू प्रभावित नहीं कर सकदे। साधु संग भजहो गोपाल, सतगुरु साहिबान जी दी पावन गुरबाणी दे अंदर बेअंत जगह दे उपर साधु महात्मा दी संत महापुरखां दी जिहड़ी संगत करन दे उपर बहुत जोर दिता है, क्योंकि संगत दा जिहड़ा गुण है उपकार है ये मनुख दे मन दे उपर बहुत गहरा असर छड्डदा है। इसलिए साडे जीवन दे अंदर किसे साधु महात्मा दी संगत दा होना बहुत लाजमी है, क्योंकि उन्हां दी संगत विच बैठियां ही सानू जिहड़ियां नाम दियां तरंगां ने, एक आप जी ने शब्द सुनिया होना है आभा मंडल, जिमें कई बार आप गुरु साहबान की फोटो लगी वेखते हैं तो सिर दे मगर एक गोला जिहा आप वेखते हैं, वो जिहड़ा गोला है उसनू आभा मंडल आख्या जांदा है।
ਕੋਈ ਗੁਰਸਿੱਖ ਜਿੰਨਾ ਨਾਮ ਅਭਿਆਸੀ ਹੁੰਦਾ ਉਹ ਆਭਾ ਮੰਡਲ ਓਨਾ ਹੀ ਵੱਧਦਾ ਜਾਂਦਾ ਹੈ ਅਤੇ ਜਿੰਨਾ ਕਿਸੇ ਦਾ ਆਭਾ ਮੰਡਲ ਸੀਮਾ ਦੇ ਵਿੱਚ ਫੈਲਿਆ ਹੁੰਦਾ ਹੈ ਉਸ ਜਗ੍ਹਾ ਦੇ ਅੰਦਰ ਕੋਈ ਵੀ ਭਾਵਨਾ ਦੇ ਸਹਿਤ ਗੁਰਸਿੱਖ ਆਵੇ ਉਸ ਨੂੰ ਉਹ ਜਪਿਆ ਹੋਇਆ ਨਾਮ ਪੜ੍ਹੀ ਹੋਈ ਗੁਰਬਾਣੀ ਉਹ ਪ੍ਰਭਾਵਿਤ ਕਰਦੀ ਹੈ ਜਿਵੇਂ ਆਪਾਂ ਘਰਾਂ ਦੇ ਵਿੱਚ ਬੈਠੇ ਹੋਈਏ ਅਤੇ ਮਾਹੌਲ ਹੋਰ ਹੁੰਦਾ ਹੈ ਗੁਰੂ ਦਰਬਾਰ ਦੇ ਵਿੱਚ ਪਹੁੰਚ ਜਾਈਏ ਜਾਂ ਸ਼੍ਰੀ ਸੱਚਖੰਡ ਸਾਹਿਬ ਵਿਖੇ ਨਮਸਕਾਰ ਕਰੀਏ ਉੱਥੋਂ ਸਾਨੂੰ ਇੱਕ ਆਪਣੇ ਆਪ ਜਿਹੜੀਆਂ ਵੱਖਰੇ ਤਰ੍ਹਾਂ ਦੀਆਂ ਤਰੰਗਾਂ ਨੇ ਉਹ ਸਾਨੂੰ ਪ੍ਰਭਾਵਿਤ ਕਰਦੀਆਂ ਨੇ ਸਾਡਾ ਬਦੋ ਬਦੀ ਵਾਹਿਗੁਰੂ ਸ਼ਬਦ ਕਹਿਣ ਨੂੰ ਚਿੱਤ ਕਰਦਾ ਹੈ ਉਸੇ ਲਈ ਸਤਿਗੁਰਾਂ ਨੇ ਸਾਧੂ ਸੰਗ ਭਜੋ ਗੋਪਾਲ ਕਿ ਇਸ ਧਰਤੀ ਦੀ ਰੱਖਿਆ ਕਰਨ ਵਾਲਾ ਜਿਹੜਾ ਵਾਹਿਗੁਰੂ ਹੈ ਉਸ ਦੇ ਨਾਮ ਨੂੰ ਸਾਧੂ ਮਹਾਤਮਾ ਦੇ ਭਾਵਨਾ ਵਾਲੇ ਗੁਰਸਿੱਖਾਂ ਦੇ ਸੰਗਤ ਵਿੱਚ ਆ ਕਰਕੇ ਉਸ ਵਾਹਿਗੁਰੂ ਦਾ ਭਜਨ ਸਿਮਰਨ ਕਰਨਾ ਕਰੋ ਆਨ ਸੰਜਮ ਕਿਛ ਨਾ ਸੂਝੈ ਸਤਿਗੁਰੂ ਸਾਹਿਬਾਨ ਜੀ ਆਖਦੇ ਹਨ ਕਿ ਅਸੀਂ ਬੜੇ ਪ੍ਰਕਾਰ ਦੀਆਂ ਵਿਚਾਰਾਂ ਕਰਕੇ ਗ੍ਰੰਥਾਂ ਦੀ ਵਿਚਾਰ ਕਰਕੇ ਹੋਰ ਸਾਧੂ ਮਹਾਤਮਾਵਾਂ ਨੂੰ ਮਿਲ ਕੇ ਵਿਦਵਾਨਾਂ ਨੂੰ ਮਿਲ ਕੇ ਵੇਖ ਲਿਆ ਹੈ ਸਾਡੇ ਸਮਝ ਇਹ ਗੱਲ ਪਈ ਹੈ ਕਿ ਆਨ ਸੰਜਮ ਕਿਛ ਨਾ ਸੂਝੈ ਇੱਕ ਗੁਰੂ ਦੀ ਸ਼ਰਨ ਲੈਣ ਤੋਂ ਬਿਨਾਂ ਵਾਹਿਗੁਰੂ ਦਾ ਓਟ ਆ ਲੈਣ ਤੋਂ ਬਿਨਾਂ ਹੋਰ ਕਿਸੇ ਵੀ ਪ੍ਰਕਾਰ ਦਾ ਜਿਹੜਾ ਸੰਜਮ ਹੈ ਤਰੀਕਾ ਹੈ ਇਹ ਸੰਸਾਰ ਤੋਂ ਤਰਨ ਦਾ ਸਾਨੂੰ ਪ੍ਰਾਪਤ ਨਹੀਂ ਹੋ ਸਕਦਾ ਤੁਸੀਂ ਵਿਚਾਰ ਕਰਕੇ ਵੇਖੋ ਕਿ ਗੁਰੂ ਦੇ ਨਾਲੋਂ ਟੁੱਟ ਕੇ ਆਪਾਂ ਕੇਸ ਕਟਵਾ ਕੇ ਸੰਸਾਰੀ ਨਸ਼ਿਆਂ ਸੰਸਾਰੀ ਵਿਚਾਰਾਂ ਦੇ ਵਿੱਚ ਪੈ ਕੇ ਕਿੰਨੀ ਕੁ ਦੂਰ ਚਲੇ ਜਾਵਾਂਗੇ ਆਖਰ ਸਾਡੀ ਜਿਹੜੀ ਆਉਣ ਵਾਲੀ ਮੌਤ ਹੈ ਉਸ ਨੇ ਸਾਡਾ ਸਭ ਕੁਝ ਖਤਮ ਕਰ ਹੀ ਦੇਣਾ ਹੈ ਇਸ ਲਈ ਜਿਹੜੀ ਸੁੰਦਰਤਾ ਹੈ ਇਸੇ ਪ੍ਰਕਾਰ ਜਿਹੜੀਆਂ ਅੰਨ ਧਨ ਦੇ ਵਾਧੇ ਨੇ ਹਰ ਪ੍ਰਕਾਰ ਦੀਆਂ ਜਿਹੜੀਆਂ ਖੁਸ਼ੀਆਂ ਨੇ ਉਹ ਸਾਨੂੰ ਗੁਰੂ ਦੀ ਸ਼ਰਨ ਤੋਂ ਬਿਨਾਂ ਮਿਲ ਨਹੀਂ ਸਕਦੀਆਂ ਹਾਂ ਉਹ ਗੱਲ ਵੱਖਰੀ ਹੈ ਕਿ ਸਾਨੂੰ ਸੰਸਾਰੀ ਵਿਚਾਰਾਂ ਕਰਕੇ ਵਿਸ਼ੇ ਵਿਕਾਰ ਭੋਗ ਕੇ ਤਰ੍ਹਾਂ ਤਰ੍ਹਾਂ ਦੇ ਪਦਾਰਥ ਖਾ ਕੇ ਸਾਨੂੰ ਕੁਝ ਸਮੇਂ ਦਾ ਸੁੱਖ ਜ਼ਰੂਰ ਮਿਲ ਸਕਦਾ ਹੈ ਅਸੀਂ ਸੋਚਦੇ ਹਾਂ ਕਿ ਆਹ ਜੱਗ ਮਿੱਠਾ ਅਗਲਾ ਕਿਨ ਡਿੱਠਾ ਉਹ ਕੁਝ ਸਮੇਂ ਤਾਂ ਹੋ ਸਕਦਾ ਹੈ ਪਰ ਸਦੈਵੀ ਕਾਲ ਦਾ ਜਿਹੜਾ ਛੁਟਕਾਰਾ ਹੈ ਸਦੈਵੀ ਕਾਲ ਦੀ ਜਿਹੜੀ ਮੁਕਤੀ ਹੈ ਇਹ ਗੁਰੂ ਦੀ ਸ਼ਰਨ ਤੋਂ ਬਿਨਾਂ ਸਾਨੂੰ ਮਿਲ ਨਹੀਂ ਸਕਦੀ ਇਸ ਲਈ ਸਤਿਗੁਰੂ ਜੀ ਸਮਝਾ ਰਹੇ ਹਨ ਕਿ ਆਨ ਸੰਜਮ ਕਿਛ ਨਾ ਸੂਝੈ ਹੋਰ ਜਿੰਨੇ ਵੀ ਜਿਹੜੇ ਅਸੀਂ ਸੰਜਮ ਤੌਰ ਤਰੀਕੇ ਵੇਖਣਾ ਕੀਤੇ ਹਨ ਸਾਨੂੰ ਕੋਈ ਵੀ ਐਸਾ ਜਿਹੜਾ ਵਿਚਾਰ ਹੈ ਐਸਾ ਜਿਹੜਾ ਤਰੀਕਾ ਹੈ ਉਹ ਸਾਨੂੰ ਨਹੀਂ ਮਿਲਿਆ ਜਿਸ ਦੇ ਨਾਲ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਹੋ ਸਕੇ ਇਹ ਯਤਨ ਕਾਟ ਕਾਲ ਕਾਲ ਇਹ ਜਿਹੜਾ ਕਲਯੁਗ ਦੇ ਸਮੇਂ ਦੇ ਅੰਦਰ ਜਿਹੜੀਆਂ ਮਨ ਦੇ ਵਿੱਚ ਕਲਪਨਾਵਾਂ ਪਈਆਂ ਹੋਈਆਂ ਨੇ ਮਨ ਹਰ ਵੇਲੇ ਕਲਪਨਾ ਦੇ ਸਹਿਤ ਹੋ ਕਰਕੇ ਜੀਵਨ ਜਿਉਂਦਾ ਹੈ ਇਸ ਕਲਪਨਾ ਦੇ ਛੁਟਕਾਰੇ ਦੇ ਲਈ ਇਹ ਯਤਨ ਇਹ ਜਿਹੜਾ ਨਾਮ ਜਪਣ ਦਾ ਸਾਧੂ ਮਹਾਤਮਾ ਦੀ ਸੰਗਤ ਕਰਨ ਦਾ ਗੁਰੂ ਦਾ ਓਟ ਆਸਰਾ ਲੈਣ ਦਾ ਜਿਹੜਾ ਯਤਨ ਹੈ ਇਸ ਯਤਨ ਦੇ ਨਾਲ ਹੀ ਜੀਵਨ ਦੇ ਵਿੱਚ ਆਉਣ ਵਾਲੇ ਜਿੰਨੇ ਵੀ ਪ੍ਰਕਾਰ ਦੇ ਦੁੱਖ ਨੇ ਤਕਲੀਫਾਂ ਨੇ ਇਹਨਾਂ ਨੂੰ ਕੱਟਿਆ ਜਾ ਸਕਦਾ ਹੈ ਰਹਾਉ ਵਿਸ਼ਰਾਮ ਦੇ ਕੇ ਸਤਿਗੁਰੂ ਜੀ ਅੱਗੇ ਬਚਨ ਉਚਾਰਦੇ ਹਨ ਆਦ ਅੰਤ ਦਇਆਲ ਪੂਰਨ ਸਤਿਗੁਰੂ ਜੀ ਆਖਦੇ ਹਨ ਕਿ ਉਹ ਪਰਮੇਸ਼ਰ ਵਾਹਿਗੁਰੂ ਕੈਸਾ ਹੈ ਉਹ ਹੈ ਆਦ
ਸਮੁੱਢ ਰੂਪ ਹੈ। ਆਪਾਂ ਜਿਹੜੇ ਮਨੁੱਖ ਹਾਂ, ਆਪਾਂ ਸਿਰਫ ਇੱਕ ਸਮੇਂ ਜਿਉਂਦੇ ਰਹਿ ਸਕਦੇ ਹਾਂ। ਪਿਛਲਾ ਜਿਹੜਾ ਸਾਡਾ ਸਮਾਂ ਸੀ ਉਹ ਸਾਡਾ ਗੁਜ਼ਰ ਚੁੱਕਿਆ ਹੈ। ਆਉਣ ਵਾਲਾ ਜਿਹੜਾ ਸਮਾਂ ਹੈ ਉਹ ਸਾਨੂੰ ਪਤਾ ਨਹੀਂ ਕਿ ਸਾਡਾ ਕਿਤਨਾ ਕੁ ਹੋਣਾ ਹੈ। ਆਪਾਂ ਸਿਰਫ ਵਰਤਮਾਨ ਦੇ ਵਿੱਚ ਜਿਉਣ ਵਾਲੇ ਮਨੁੱਖ ਹਾਂ, ਆਪਾਂ ਇੱਕ ਸਮੇਂ ਜਿਉਣ ਵਾਲੇ ਹਾਂ। ਪਰ ਉਹ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ, ਉਹ ਆਦਿ ਸਾਰਿਆਂ ਦਾ ਮੁੱਢ ਰੂਪ ਹੈ। ਜਦੋਂ ਇਹ ਸੰਸਾਰ ਦੇ ਉੱਪਰ ਕੁਝ ਵੀ ਨਹੀਂ ਹੁੰਦਾ, ਉਦੋਂ ਵੀ ਵਾਹਿਗੁਰੂ ਵਿਰਾਜਮਾਨ ਹੁੰਦਾ ਹੈ। ਅਤੇ ਅੰਤ, ਜਦੋਂ ਇਸ ਸ੍ਰਿਸ਼ਟੀ ਦਾ, ਇਸ ਬ੍ਰਹਿਮੰਡ ਦਾ ਅੰਤ ਵੀ ਹੋ ਜਾਂਦਾ ਹੈ, ਉਸ ਵੇਲੇ ਵੀ ਵਾਹਿਗੁਰੂ ਵਿਰਾਜਮਾਨ ਰਹਿੰਦਾ ਹੈ। ਅਤੇ ਫਿਰ ਉਸ ਦੇ ਵਿੱਚ ਹੋਰ ਕਿਹੜਾ ਗੁਣ ਹੈ? ਉਹ ਦਿਆਲ ਹੈ। ਦਿਆਲੂ ਸੁਭਾਅ ਉਸ ਦਾ ਬੜਾ ਹੈ। ਦਿਆਲੂ ਇਤਨਾ ਹੈ ਕਿ ਅਕਿਰਤ ਘਨਾ ਨੂੰ ਪਾਲਦਾ। ਜਿਹੜੇ ਉਸ ਪਰਮੇਸ਼ਰ ਵਾਹਿਗੁਰੂ ਦਾ ਨਾਮ ਨਹੀਂ ਵੀ ਜਪਦੇ, ਕਿਸੇ ਨੇ ਇੱਕ ਜ਼ਿੰਦਗੀ ਦੇ ਵਿੱਚ ਇੱਕ ਵਾਰ ਵਾਹਿਗੁਰੂ ਕਹਿ ਕੇ ਵੀ ਨਹੀਂ ਵੇਖਿਆ, ਉਹਨਾਂ ਦੀ ਵੀ ਉਹ ਵਾਹਿਗੁਰੂ ਜਿਹੜੀ ਰੋਜੀ ਰੋਟੀ ਹੈ ਉਸ ਨੂੰ ਮਾਰਨਾ ਨਹੀਂ ਕਰਦਾ। ਸਭਨਾਂ ਦੇ ਉੱਪਰ ਆਪਣਾ ਦਿਆਲੂ ਸੁਭਾਅ ਰੱਖਦਾ ਹੈ ਅਤੇ ਪੂਰਨ ਇਸ ਸੰਸਾਰ ਦੇ ਅੰਦਰ ਹੀ ਵਿਆਪਕ ਰੂਪ ਹੋ ਕਰਕੇ ਸਮਾਇਆ ਹੋਇਆ ਹੈ। ਇਸ ਬਿਨਾ ਨਹੀਂ ਕੋਈ, ਉਸ ਵਾਹਿਗੁਰੂ ਦੇ ਓਟ ਆਸਰੇ ਤੋਂ ਬਿਨਾਂ, ਸ਼ਰਨ ਤੋਂ ਬਿਨਾਂ ਇਹ ਸੰਸਾਰ ਦੇ ਅੰਦਰ ਹੋਰ ਕੋਈ ਵੀ ਓਟ ਆਸਰਾ ਨਹੀਂ ਹੈ। ਜਨਮ ਮਰਨ ਨਿਵਾਰ ਹਰ ਜਪ, ਹਰੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਕੇ, ਜਪ ਕਰਕੇ ਵਾਹਿਗੁਰੂ ਨੂੰ ਬੇਨਤੀ ਕਰੀਏ ਕਿ ਹੇ ਵਾਹਿਗੁਰੂ ਜੀ, ਸਾਡਾ ਜਿਹੜਾ ਜੰਮਣ ਮਰਨ ਦਾ ਜਿਹੜਾ ਗੇੜ ਹੈ, ਇਸ ਨੂੰ ਨਿਵਾਰ ਦੇਣਾ ਕਰੋ, ਦੂਰ ਕਰ ਦੇਣਾ ਕਰੋ। ਵੇਦ ਸਿਮ੍ਰਿਤ ਕਥੈ ਸਾਸਤ, ਸਿਮਰ ਸੁਆਮੀ ਸੋਏ, ਉਹ ਜਿਹੜਾ ਸੁਆਮੀ ਮਾਲਕ ਹੈ ਉਸ ਵਾਹਿਗੁਰੂ ਨੂੰ ਸਿਮਰਨਾ ਕਰੋ। ਵੇਦ ਸਿਮ੍ਰਿਤ ਕਥੈ ਸਾਸਤ, ਸਤਿਗੁਰੂ ਸਾਹਿਬਾਨ ਜੀ ਪਾਵਨ ਬਚਨ ਉਚਾਰਨ ਕਰਦੇ ਹਨ ਕਿ ਜਿਹੜੇ ਚਾਰ ਵੇਦ ਨੇ, 27 ਸਿਮਰਤੀਆਂ ਨੇ, ਇਸ ਤੋਂ ਆਦਿਕ ਜਿਹੜੇ 6 ਸ਼ਾਸਤਰ ਨੇ, ਸਾਰਿਆਂ ਦਾ ਜਿਹੜਾ ਨਿਚੋੜ ਹੈ, ਸਿਧਾਂਤ ਹੈ, ਉਹ ਇਹੀ ਹੈ ਕਿ ਭਗਤ ਕਰਹਿ ਵਿਚਾਰ, ਕਿ ਆਖਰ ਜਿਹੜਾ ਭਗਤੀ ਭਾਵ ਧਾਰਨ ਕਰਕੇ ਪਰਮੇਸ਼ਰ ਵਾਹਿਗੁਰੂ ਦੇ ਵਿਚਾਰ ਦੀ, ਨਾਮ ਦੀ ਵਿਚਾਰ ਕਰਨੀ ਜਿਹੜੀ ਹੈ, ਉਹੀ ਇਸ ਜੀਵਨ ਦਾ ਲਾਹਾ ਹੈ। ਬਾਕੀ ਜਿਹੜੀਆਂ ਵਿਦਿਆਵਾਂ ਨੇ ਉਹ ਕੀ ਹੈ? ਉਹ ਹੈ ਆਪਣੇ ਹੰਕਾਰ ਨੂੰ ਪੱਠੇ ਪਾਉਣ ਦੇ ਵਾਂਗ, ਕਿਉਂਕਿ ਇਸ ਦੁਨੀਆ ਦੇ ਅੰਦਰ ਜਿੰਨਾ ਕੁ ਹਥਿਆਰਾਂ ਨੇ, ਜਿੰਨਾ ਕੁ ਹੋਰ ਚੀਜ਼ਾਂ ਨੇ ਨਾਸ਼ ਕੀਤਾ ਹੈ, ਉਹਨਾਂ ਹੀ ਕਿਤੇ ਨਾ ਕਿਤੇ ਇਸ ਸੰਸਾਰ ਦੇ ਵਿੱਚ ਜਿਹੜੀ ਵਿੱਦਿਆ ਹੈ ਇਹ ਵੀ ਬਹੁਤ ਨਾਸ਼ਵੰਤ ਰਹੀ ਹੈ। ਉਹ ਕਿਵੇਂ? ਤੁਸੀਂ ਵੇਖੋ ਕਿ ਹੁਣ ਇੰਨੀਆਂ ਰੇਹਾਂ ਸਪਰੇਆਂ ਦੇ ਨਾਲ ਆਪਾਂ ਘਿਰ ਗਏ ਹਾਂ ਕਿ ਚਾਹੁੰਦੇ ਹੋਏ ਵੀ ਇਹਨਾਂ ਤੋਂ ਛੁੱਟ ਨਹੀਂ ਸਕਦੇ। ਇਸ ਪੰਜਾਬ ਦੀ ਧਰਤੀ ਦਿਨੋ ਦਿਨ ਬੰਜਰ ਬਣਦੀ ਜਾ ਰਹੀ ਹੈ। ਇਹ ਸਭ ਗਿਆਨ ਦਾ ਹੀ ਪ੍ਰਭਾਵ ਹੈ, ਕਿਉਂਕਿ ਕਈ ਵਾਰ ਆਪਾਂ ਆਖਦੇ ਹਾਂ ਕਿ ਜਿਹੜੀ ਬਹੁਤੀ ਸਿਆਣਪ ਹੈ ਉਹ ਵੀ ਬੰਦੇ ਨੂੰ ਮਾਰ ਜਾਂਦੀ ਹੈ। ਸੋ ਇਸ ਲਈ ਇਹ ਜਿੰਨੀਆਂ ਵਿਦਿਆਵਾਂ ਨੇ ਉਹ ਸਭ ਇਹੀ ਆਖਣਾ ਕਰਦੇ ਆ ਕਿ ਭਗਤ ਕਰਹਿ ਵਿਚਾਰ, ਕਿ ਅਖੀਰ ਦੇ ਅੰਦਰ ਜਿਹੜਾ ਭਗਤੀ ਭਾਵ ਧਾਰਨ ਕਰਕੇ ਪਰਮੇਸ਼ਰ ਵਾਹਿਗੁਰੂ ਦੀ ਵਿਚਾਰ ਕਰਨੀ, ਇਹੋ ਹੀ ਸਫਲੀ ਹੈ। ਮੁਕਤ ਪਾਈਏ ਸਾਧ ਸੰਗਤ, ਸਤਿਗੁਰੂ ਜੀ ਆਖ ਰਹੇ ਹਨ ਕਿ ਸਾਧੂ ਮਹਾਤਮਾ ਦੀ ਸੰਗਤ ਕਰਨ ਦੇ ਨਾਲ ਹੀ ਜਿਹੜਾ ਇਹ ਜੀਵਨ ਦਾ ਛੁਟਕਾਰਾ ਹੈ, ਮੁਕਤੀ ਹੈ,
ਇਹ ਪ੍ਰਾਪਤ ਹੋ ਸਕਦੀ ਹੈ। ਬਿਨਸ ਜਾਏ ਅੰਧਾਰ, ਤੇ ਜੀਵਨ ਦੇ ਵਿੱਚੋਂ ਜਿਹੜਾ ਅਗਿਆਨਤਾ ਦਾ ਹਨੇਰਾ ਜਿਸ ਨੇ ਸਾਡਾ ਜੀਵਨ ਨਾਸ਼ਵੰਤਾ ਵੱਲ ਲਿਜਾ ਦਿੱਤਾ ਹੈ, ਐਸਾ ਜਿਹੜਾ ਅਗਿਆਨਤਾ ਦਾ ਹਨੇਰਾ ਹੈ, ਇਹ ਸਾਧੂ ਮਹਾਤਮਾ ਦੀ ਗੁਰੂ ਸਾਹਿਬਾਨ ਦੀ ਸੰਗਤ ਕਰਨ ਦੇ ਨਾਲ ਇਹ ਨਾਸ਼ ਹੋ ਜਾਣਾ ਕਰਦਾ ਹੈ। ਚਰਨ ਕਮਲ ਆਧਾਰ ਜਾਨਕਾ, ਸਤਿਗੁਰੂ ਸਾਹਿਬਾਨ ਜੀ ਆਖਦੇ ਹਨ ਕਿ ਜਿਹੜੇ ਜਨ ਸੇਵਕ ਹਨ, ਭਗਤ ਹਨ, ਉਹਨਾਂ ਦਾ ਆਪ ਅਕਾਲ ਪੁਰਖ ਵਾਹਿਗੁਰੂ ਚਰਨ ਕਮਲ ਆਧਾਰ, ਉਹਨਾਂ ਦਾ ਜਿਹੜਾ ਚਰਨ ਕਮਲ ਹੈ, ਪਰਮੇਸ਼ਰ ਵਾਹਿਗੁਰੂ ਦੇ ਚਰਨ ਕੀ ਹਨ? ਇਹ ਪਾਵਨ ਗੁਰਬਾਣੀ ਦੇ ਸ਼ਬਦ ਅਤੇ ਇਹਨਾਂ ਚਰਨ ਕਮਲਾਂ ਦਾ ਹੀ ਉਹਨਾਂ ਜਨਾਂ ਨੇ, ਭਗਤਾਂ ਨੇ ਓਟ ਆਸਰਾ ਲੈਣਾ ਕੀਤਾ ਹੈ। ਰਾਸ ਪੂੰਜੀ ਏਕ, ਇਹ ਜਿਹੜੀ ਸ਼ਰਧਾ ਭਾਵਨਾ ਰੂਪੀ ਜਿਹੜੀ ਰਾਸ ਹੈ, ਸਮੱਗਰੀ ਹੈ, ਅਤੇ ਜਿਹੜੀ ਨਾਮ ਜਪਣ ਰੂਪ ਪੂੰਜੀ ਹੈ, ਇਹ ਇੱਕੋ ਹੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣ ਕਰਕੇ ਪ੍ਰਾਪਤ ਹੋਣਾ ਕਰਦੀ ਹੈ। ਤਾਣ ਮਾਣ ਦੀ ਬਾਣ ਸਾਚਾ, ਸਤਿਗੁਰੂ ਸਾਹਿਬਾਨ ਜੀ ਪਾਵਨ ਬਚਨ ਉਚਾਰ ਰਹੇ ਹਨ ਕਿ ਸਾਡੇ ਮਨੁੱਖਾਂ ਦਾ ਜਿੰਨਾ ਵੀ ਇਹ ਤਾਣ ਬਲ ਹੈ, ਜਿੰਨਾ ਵੀ ਸਾਡੇ ਗਿਆਨ ਦਾ, ਪੈਸੇ ਦਾ ਇਹ ਮਾਣ ਹੈ, ਇਹ ਸਭ ਖਿਨ ਭੰਗਰ ਹੈ, ਨਾਸ਼ ਹੋਣ ਵਾਲਾ ਹੈ। ਪਰ ਉਹ ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਦੀਵਾਨ ਹੈ, ਦਰਗਾਹ ਹੈ, ਸੱਚ ਦੀ ਜਿਹੜੀ ਪੁਕਾਰ ਕਰਨ ਵਾਲੀ ਦਰਗਾਹ ਹੈ, ਉਹ ਸਾਚਾ ਮਿਹਣੇ ਹਮੇਸ਼ਾ ਰਹਿਣ ਵਾਲੀ ਹੈ। ਜਾਂ ਇਸ ਦੇ ਅਰਥ ਵਿਦਵਾਨ ਪੁਰਸ਼ ਕਰਦੇ ਹਨ ਕਿ ਤਾਣ ਮਾਣ ਦੀਵਾਨ, ਜਿਹੜਾ ਸਾਨੂੰ ਪਰਮੇਸ਼ਰ ਵਾਹਿਗੁਰੂ ਦਾ ਬਖਸ਼ਿਸ਼ ਕੀਤਾ ਹੋਇਆ ਇਹ ਆਤਮਿਕ ਬਲ ਹੈ, ਔਰ ਜਿਹੜਾ ਸਾਡੇ ਮਨ ਦੇ ਅੰਦਰ ਨਾਮ ਜਪਣ ਰੂਪ ਸਾਨੂੰ ਪ੍ਰਾਪਤ ਹੋਇਆ ਹੈ, ਅਤੇ ਇਹ ਜਿਹੜਾ ਦੀਵਾਨ ਸਾਨੂੰ ਜਿਹੜੀ ਪਦਵੀ ਪ੍ਰਾਪਤ ਹੋਈ ਹੈ, ਇਹ ਹਮੇਸ਼ਾ ਰਹਿਣ ਵਾਲੀ ਹੈ। ਤੁਸੀਂ ਦੇਖੋ ਕਿਤਨੇ ਮਹਾਂਪੁਰਖ, ਕੋਈ ਅੱਜ ਤੋਂ 100 ਸਾਲ, ਕੋਈ 150 ਸਾਲ ਪਹਿਲਾਂ ਚੜ੍ਹਾਈ ਕੀਤਾ ਹੈ, ਅਸੀਂ ਅੱਜ ਵੀ ਉਹਨਾਂ ਦੇ ਸਮਾਗਮ, ਉਹਨਾਂ ਨੂੰ ਯਾਦ ਕਰਦੇ ਹਾਂ। ਉਹ ਕਿਉਂ ਕਰਦੇ ਹਾਂ? ਕਿਉਂਕਿ ਉਹ ਇੱਕ ਅਕਾਲ ਪੁਰਖ ਵਾਹਿਗੁਰੂ ਜੋ ਸੱਚ ਸਰੂਪ ਹੈ, ਉਸ ਦੀ ਬੰਦਗੀ ਕਰਨ ਵਾਲੇ ਹੋਏ ਆ। ਇਸ ਲਈ ਉਸ ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਦੀਵਾਨ ਹੈ, ਦਰਗਾਹ ਹੈ, ਉਹ ਵੀ ਸੱਚ ਸਰੂਪ ਹੈ। ਨਾਨਕ ਕੀ ਪ੍ਰਭ ਟੇਕ, ਅਤੇ ਉਸ ਸੱਚੇ ਦਰਗਾਹ ਦੇ ਮਾਲਕ ਵਾਹਿਗੁਰੂ ਨੂੰ ਆਪਾਂ ਬੇਨਤੀ ਕੀ ਕਰਨੀ ਹੈ ਕਿ ਨਾਨਕ ਕੀ ਪ੍ਰਭ ਟੇਕ, ਹੇ ਪ੍ਰਭੂ ਮਾਲਕ ਵਾਹਿਗੁਰੂ ਜੀ, ਸਾਨੂੰ ਆਪਣੇ ਨਾਮ ਦਾ ਆਪਣਾ ਆਸਰਾ ਜਿਹੜਾ ਹੈ ਉਹ ਦੇਣਾ ਕਰੋ, ਜਿਸ ਦੇ ਨਾਲ ਸਾਡੇ ਜੀਵਨ ਦੇ ਵਿੱਚ ਇਹ ਪਿਆ ਹੋਇਆ ਅਗਿਆਨਤਾ ਦਾ ਜਿਹੜਾ ਜੰਜਾਲ ਹੈ, ਇਸ ਤੋਂ ਅਸੀਂ ਛੁੱਟ ਸਕੀਏ। ਆਪਾਂ ਹਰ ਰੋਜ਼ ਕਥਾ ਵਿਚਾਰ ਸੁਣਦਿਆਂ ਹੋਇਆਂ, ਕਿਉਂਕਿ ਮਨ ਸਾਡਾ ਇੰਨਾ ਉਲਝਣ ਤਾਣੀ ਦੇ ਵਿੱਚ ਪਿਆ ਹੋਇਆ ਹੈ ਕਿ ਜੇ ਇਸ ਨੂੰ ਅਸੀਂ ਬਹੁਤੀਆਂ ਗੱਲਾਂ ਦੇ ਵਿੱਚ ਉਲਝਾਵਾਂਗੇ ਤਾਂ ਇਸ ਨੇ ਉਨਾ ਹੀ ਸਾਨੂੰ ਉਲਝਣਾਂ ਦੇ ਵਿੱਚ ਪਾਉਣਾ ਹੈ। ਹਰ ਇੱਕ ਮਨੁੱਖ ਯਤਨ ਕੀ ਕਰੇ ਕਿ ਵਿਚਾਰ ਕਰਕੇ ਕਥਾ ਵਾਰਤਾ ਸੁਣਦਾ ਹੋਇਆ, ਗੁਰਬਾਣੀ ਪੜ੍ਹਦਾ ਹੋਇਆ, ਮਨ ਹੀ ਮਨ ਇਹ ਸੋਚਣਾ ਹੈ ਕਿ ਹਰ ਰੋਜ਼ ਜਿਹੜਾ ਇੱਕ ਅਵਗੁਣ ਹੈ, ਕਿਉਂਕਿ ਸਾਡਾ ਜਿਹੜਾ ਜੀਵਨ ਹੈ ਬੇਅੰਤ ਅਵਗੁਣਾਂ ਦੇ ਨਾਲ ਭਰਿਆ ਹੋਇਆ ਹੈ, ਇਸ ਲਈ ਆਪਾਂ ਯਤਨ ਕਰਨਾ ਹੈ ਗੁਰੂ ਚਰਨਾਂ ਦਾ ਓਟ ਆਸਰਾ ਲੈ ਕੇ ਕਿ ਸਤਿਗੁਰੂ ਜੀਓ, ਅੱਜ ਸਾਡਾ ਇਹ ਜਿਹੜਾ ਅਵਗੁਣ ਹੈ, ਇਸ ਤੋਂ ਸਾਡਾ ਛੁਟਕਾਰਾ ਜਿਹੜਾ ਹੈ ਉਹ ਕਰਵਾ ਦੇਣਾ ਕਰੋ, ਅਤੇ ਸਾਡੇ ਉੱਪਰ ਤਰਸ ਕਰਕੇ, ਮਿਹਰ ਕਰਕੇ ਆਪਣਾ ਜਿਹੜਾ ਨਾਮ ਹੈ ਇਹ ਜਪਾਉਣਾ ਕਰੋ। ਗੁਰੂ ਕੀ ਜਿਹੜੀ ਸੰਗਤ ਹੈ, ਸਾਧੂ ਮਹਾਤਮਾ ਦੀ ਜਿਹੜੀ ਸੰਗਤ ਹੈ,
ਉਹ ਸਾਨੂੰ ਬਖਸ਼ ਦੇਣਾ ਕਰੋ। ਇਹ ਆਪਾਂ ਅਰਦਾਸ ਬੇਨਤੀ ਕਰਨੀ ਹੈ ਜਿਸ ਦੇ ਨਾਲ ਸਾਡਾ ਲੋਕ ਸੁਖੀਆ ਪਰਲੋਕ ਸੁਹੇਲਾ ਹੋਵੇਗਾ। ਵਿਚਾਰਾਂ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣਾ ਦੀ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਚਰਨ ਕਮਲ ਆਧਾਰ ਜਾਨਕਾ ਰਾਸ ਪੂੰਜੀ ਏਕ ਤਾਣ ਮਾਣ ਦੀ ਬਾਣ ਸੱਚਾ ਨਾਨਕ ਕੀ ਪ੍ਰਭ ਟੇਕ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।